ਵੀਰੇ ਪਿੱਛੇ ਨੂੰ ਪੁਨੀਤ ਯੋਧ ਦਾ ਜਿਹੜਾ ਅਕਾਊਂਟ ਹੈਕ ਹੋਇਆ ਸੀਗਾ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ? ਹਾਂਜੀ, ਪੁਨੀਤ ਯੋਧ ਦਾ ਅਕਾਊਂਟ ਹੈਕ ਹੋ ਗਿਆ ਸੀਗਾ ਅਤੇ ਉਹ ਅਕਾਊਂਟ ਵੀ ਮੇਰੇ ਕੋਲ ਚੱਲਦਾ ਅਤੇ ਉਹ ਵੀ ਮੈਂ ਯੂਜ਼ ਕਰਦਾ ਅਤੇ ਅਕਾਊਂਟ ਹੈਕ ਹੋਇਆ ਸੀਗਾ ਜੀ। ਉਹ ਮਤਲਬ ਕਿ ਆਪਾਂ ਨੂੰ ਇਹ ਨਹੀਂ ਪਤਾ ਲੱਗਿਆ ਸੀ ਕਿਹਨੇ ਹੈਕ ਕੀਤਾ ਸੀ, ਤੋ ਜੋ ਵੀ। ਹਾਂਜੀ ਤਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਪੀ ਵੀ ਛੱਬੀ ਵਾਲਾ ਅਮਨ ਅਤੇ ਤੁਸੀਂ ਮੇਰਾ ਯੂਟਿਊਬ ਚੈਨਲ ਦੇਖ ਰਹੇ ਹੋ ਪੀ ਵੀ ਛੱਬੀ ਵਾਲਾ ਅਮਨ। ਜੱਗੀ ਦੇ ਪਿੰਡ ਆਇਆ, ਮੜਿਆ ਦੇਖੀਏ ਬਾਈ ਉਰੇ, ਜੱਗੀ ਬਾਰੇ ਪੁੱਛੀਏ, ਥੋੜ੍ਹੀ ਨੌਲੇਜ ਲਈਏ। ਉਹ ਬਾਈ ਖੜਾ ਇੱਕ, ਹੈ ਨਾ, ਉਹਦੇ ਬਾਰੇ ਪੁੱਛਦੇ ਹਾਂ ਬਾਈ ਨੂੰ, ਦੈਨ ਗੁਰਦੁਆਰਾ ਸਾਹਿਬ। ਸਤਿ ਸ਼੍ਰੀ ਅਕਾਲ ਵੀਰੇ, ਵੀਰੇ ਕੀ ਹਾਲ ਚਾਲ? ਹਾਂਜੀ ਵੀਰੇ, ਅਸੀਂ ਉਰੇ ਜੱਗੀ ਬਾਰੇ ਦੀ ਇੰਟਰਵਿਊ ਕਰਨਾ ਆ, ਤੁਸੀਂ ਮੜਿਆ ਦੱਸੋਗੇ ਜੱਗੀ ਬਾਈ ਬਾਰੇ? ਅੱਜ ਕੱਲ੍ਹ ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ ਫੇਮਸ ਨੇ ਬਾਈ ਹੁਣੀ। ਜਗਤਾਰ, ਉਹ ਜਗਤਾਰ ਕਹਿੰਦੇ ਨੇ ਤੁਹਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਤੁਹਾਨੂੰ, ਹੈ ਨਾ? ਬਿਲਕੁਲ ਬਿਲਕੁਲ ਨਾ, ਗੱਲਬਾਤ ਪੂਰੀ ਹੈ ਬਾਈ, ਉਹਨੇ ਵਧੀਆ ਬੰਦੇ ਨੇ ਬਣਾਈ, ਮਿਹਨਤ ਕੀਤੀ ਹੈ ਨਾ, ਬਹੁਤ ਉੱਤੇ ਤੱਕ ਪਹੁੰਚਿਆ ਅਤੇ ਮੈਂ ਉਹਦਾ ਚਾਚਾ ਲੱਗਦਾ ਨਾ, ਅਤੇ ਬੰਦੇ ਨੇ ਮਿਹਨਤ ਕੀਤੀ ਆ, ਯਾਨੀ ਕਿ ਪੁੱਠਾ ਕੰਮ ਨਹੀਂ ਕੀਤਾ, ਸਰੀਰ ਸਰੂਰ ਵਧੀਆ ਬਣਾਇਆ ਹੈ ਬੰਦੇ ਨੇ, ਲਿੰਕ ਬਣਾ ਲਏ ਬਹੁਤ ਛੋਟੀ ਉਮਰ 'ਚ। ਹੋਰ ਤਾਂ ਬਾਕੀ ਤੁਸੀਂ ਵੀ ਨਾਲ ਰਹਿੰਦੇ, ਤੁਹਾਨੂੰ ਪਤਾ ਹੀ ਆ ਵੀਰੇ। ਪੁਨੀਤ ਜੋਤ ਕੁੜੀ ਜੋ ਛੋਟੀ ਜਿਹੀ ਉਹਨਾਂ ਦੇ ਨਾਲ ਹੁੰਦੀ ਸੀਗੀ, ਉਹ ਇਸ ਟਾਈਮ ਕੈਨੇਡਾ ਬੈਠੀ ਆ, ਸੁਣਨ ਦੇ ਵਿੱਚ ਆਇਆ ਆ, ਅਤੇ ਉਹ ਵੀਰੇ ਉਹਨਾਂ ਦੀ ਸਿਸਟਰ ਨੇ ਕਿੱਦਾਂ ਮਤਲਬ ਵੀਰੇ? ਨਹੀਂ ਵੈਸੇ ਸਰਕਲ ਜਿਵੇਂ ਪਿਆਰ ਆਪਾਂ ਕਹਿ ਲਈਏ, ਕਜ਼ਨ ਵਗੈਰਾ ਨਹੀਂ ਹੈਗੇ। ਵੈਸੇ ਜਿਵੇਂ ਹੁਣ ਕਿਸੇ ਨਾਲ ਆਪਣਾ ਜ਼ਿਆਦਾ ਪਿਆਰ ਪੈ ਜਾਵੇ, ਚਲੋ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਸਾਡਾ ਘਰ ਵਾਲਾ ਕੰਮ ਆ, ਜਿਵੇਂ ਸਾਡਾ ਤੁਸੀਂ ਮੇਰੇ ਬ੍ਰਦਰ ਹੋ, ਮੈਂ ਤੁਹਾਡੇ ਹੋ, ਇੱਦਾਂ ਵੈਸੇ ਕੋਈ ਰਿਸ਼ਤੇਦਾਰੀ ਤਾਂ ਨਹੀਂ ਹੈਗੀ। ਪਿਆਰ ਹੈ, ਯਾਨੀ ਕਿ ਪਿਆਰ ਇੰਨਾ ਕੁ ਆਪਣਿਆਂ ਤੋਂ ਜ਼ਿਆਦਾ ਵੱਧ ਕੇ ਕਰਦਾ ਜੱਗੀ। ਜੱਗੀ ਸਾਰਿਆਂ ਨਾਲ ਇੱਦਾਂ ਹੀ ਰਹਿੰਦਾ ਵਧੀਆ ਮੁੰਡਾ, ਅਤੇ ਜਿਹਨੂੰ ਕਰਦਾ ਪਿਆਰ ਉਹ ਦਿਲੋਂ ਕਰਦਾ, ਕਿਸੇ ਨਾਲ ਇੱਦਾਂ ਮਤਲਬ ਸਿਸਟਮ ਉੱਪਰੋਂ ਉੱਪਰੋਂ ਨਹੀਂ ਹੈਗਾ ਉਹਦਾ। ਤਾਂ ਤੁਸੀਂ ਦੇਖ ਚੁੱਕੇ ਹੋ, ਹੈ ਨਾ, ਜੱਗੀ ਉਰੇ ਬਾਰੇ ਮਤਲਬ ਬਹੁਤ ਜ਼ਿਆਦਾ ਵਧੀਆ ਗੱਲਾਂ ਆ ਰਹੀਆਂ ਨੇ, ਅਤੇ ਦੈਨ ਹੁਣ ਤੁਹਾਨੂੰ ਜੱਗੀ, ਵੈਸੇ ਮੈਂ ਉਹਨੂੰ ਫੋਨ ਕਰਿਆ ਘੰਟੇ ਡੇਢ ਘੰਟੇ ਦੇ ਵਿੱਚ ਆਉਂਦਾ, ਫਿਰ ਤੁਹਾਨੂੰ ਮੈਂ ਜੱਗੀ ਉਰੇ ਨਾਲ ਗੱਲ। ਹਾਂਜੀ ਬਾਬਿਓ, ਤਾਂ ਜਿਹੜੀ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਆ ਚੁੱਕੀ ਆ, ਡੇਢ ਘੰਟਾ ਵੇਟ ਕਰਕੇ ਬਾਈ ਆਇਆ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਇੱਕ ਸੈਕਿੰਡ, ਅਤੇ ਪੀ ਵੀ ਛੱਬੀ ਚੈਨਲ ਨੂੰ ਆ ਦੇਖੋ, ਮੁੰਡੇ ਨੇ ਨਵਾਂ ਤਿਆਰ ਕੀਤਾ ਵਾ, ਅਤੇ ਬਾਈ ਨੂੰ ਵਧਾਈਆਂ ਜੀ ਬਹੁਤ ਬਹੁਤ ਜ਼ਿਆਦਾ, ਅਤੇ ਬਾਈ ਦਾ। ਹਾਂਜੀ ਤਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਅੱਜ ਮੈਂ ਆਇਆ ਵੀਰੇ ਕੋਲ ਮਿਲਣ। ਵੀਰੇ ਦੀ ਪਹਿਲਾਂ ਇੰਸਟਾਗ੍ਰਾਮ ਆਈ ਡੀ ਆ ਜਿਹੜੀ, ਉਹਦਾ ਤੁਹਾਨੂੰ ਵੀਰਾ ਖੁਦ ਨਾਮ ਦੱਸੂਗਾ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਜੀ? ਕਿਰਪਾ ਬਾਬੇ ਨਾਨਕ ਦੀ। ਅਤੇ ਆਪਣੀ ਆਈ ਡੀ ਦਾ ਨਾਮ ਹੈਗਾ ਜੀ ਜੱਗੀ ਸਮਰਾੜਾ। ਅਤੇ ਵੀਰੇ ਇੱਕ ਗੱਲ ਹੋਰ, ਤੁਹਾਡੇ ਨਾਲ ਛੋਟੀ ਜਿਹੀ ਕੁੜੀ ਹੁੰਦੀ ਸੀ ਪੁਨੀਤ ਯੋਧ? ਹਾਂਜੀ, ਉਹ ਆਪਣੀ ਮਤਲਬ ਸਿਸਟਰ ਆ ਅਤੇ ਕਜ਼ਨ ਆਪਣੀ ਉਹ। ਅਤੇ ਬੇਸਿਕਲੀ ਹੁਣ ਵੀਰੇ ਉਹ ਕਿੱਥੇ ਨੇ? ਹੁਣ ਉਹ ਇਸ ਟਾਈਮ ਅਮੈਰੀਕਾ ਨੇ। ਕਈ ਕਹੀ ਜਾਂਦੇ ਨੇ ਵੀਰੇ ਕੈਨੇਡਾ ਨੇ, ਕਈ ਅਮੈਰੀਕਾ ਕਹੀ ਜਾਂਦੇ ਨੇ, ਕਈ ਸੋਸ਼ਲ ਮੀਡੀਆ 'ਤੇ ਬਹੁਤ ਗੱਲਾਂ ਆਈਆਂ ਨੇ, ਹੈ ਨਾ, ਸੁਣਨ 'ਚ। ਨਹੀਂ ਨਹੀਂ ਅਮੈਰੀਕਾ ਨੇ ਉਹ ਇਸ ਟਾਈਮ। ਤਾਂ ਦੈਨ ਵੀਰੇ ਤੁਹਾਡਾ ਕੁਛ, ਅੱਜ ਕੱਲ੍ਹ ਜਿਵੇਂ ਹੁਣ ਟਿਕਟੋਕ ਬੰਦ ਹੋਈ ਆ, ਤੁਸੀਂ ਇੰਸਟਾਗ੍ਰਾਮ 'ਤੇ ਵੀ ਵਧੀਆ ਤੁਹਾਡਾ ਨਾਮ ਹੋ ਰਿਹਾ ਹੁਣ ਇਸ ਟਾਈਮ, ਹੈ ਨਾ, ਹੈਗਾ ਵੀ ਆ ਕਹਿ ਸਕਦੇ ਹਾਂ ਆਪਾਂ, ਲਾਈਕ ਸੇ ਸਮਥਿੰਗ ਆਈ ਪ੍ਰੋਜ ਡੂ ਸਮਥਿੰਗ ਰਿਚ ਯੂਅਰ ਮੂਟ, ਜਿਵੇਂ ਕਿ ਹੁਣ ਤੁਸੀਂ ਮਤਲਬ ਪੇਡ ਪ੍ਰਮੋਸ਼ਨ ਕਰਦੇ ਹੋ ਕਿੱਦਾਂ ਵੀਰੇ? ਕੋਈ ਪੇਡ ਪ੍ਰਮੋਸ਼ਨ ਨਹੀਂ, ਸਭ ਕੁਛ ਬਸ ਫਰੀ, ਕੋਈ ਪ੍ਰਮੋਸ਼ਨ ਵਾਲਾ ਤਾਂ ਕੰਮ ਹੀ ਨਹੀਂ ਆਪਣੇ ਕੋਲ। ਨਹੀਂ ਕਈ ਗੱਲਾਂ ਸੁਣ 'ਚ ਆਈਆਂ ਨੇ ਵੀ ਜੱਗੀ ਸਮਰਾਲਾ ਵੀ ਪੇਡ ਪ੍ਰਮੋਸ਼ਨ ਕਰਦਾ, ਮੈਨੂੰ ਬਹੁਤ ਜਣੇ ਨੇ ਕਿਹਾ ਵੀ ਨਹੀਂ ਵੀ ਬਹੁਤ ਪੇਡ ਪ੍ਰਮੋਸ਼ਨ ਕਰਦੇ ਨੇ ਵੀਰੇ, ਮਤਲਬ ਕੀ ਗੱਲ? ਨਹੀਂ ਨਹੀਂ ਆਪਾਂ ਕੋਈ ਇਹੋ ਜਿਹਾ ਕੋਈ ਸੀਨ ਨਹੀਂ ਹੈਗਾ ਪੇਡ ਪ੍ਰਮੋਸ਼ਨ ਦਾ, ਆਪਣਾ ਤਾਂ ਨੋਰਮਲ ਆਪਾਂ ਵੀਡੀਓ ਬਣਾਉਂਦੇ ਹਾਂ, ਆਪਣੀ ਪਾਉਂਦੇ ਹਾਂ, ਫੋਟੋ ਖਿੱਚਦੇ ਹਾਂ, ਪਾਉਂਦੇ ਹਾਂ, ਆਪਣੇ ਆਪਾਂ ਨੂੰ ਕੋਈ ਐਡਾ ਉਹ ਸੀਨ ਨਹੀਂ ਹੈਗਾ ਜੀ। ਮਤਲਬ ਐਜ਼ ਦਾ ਸ਼ੌਂਕ ਤੁਸੀਂ ਪਾਉਂਦੇ ਹੋ? ਹਾਂ ਸ਼ੌਂਕ। ਨਹੀਂ ਪ੍ਰੋਫੈਸ਼ਨਲ ਨਹੀਂ ਤੁਸੀਂ ਕੀਤਾ, ਹੈ ਨਾ? ਕੋਈ ਪ੍ਰੋਫੈਸ਼ਨਲ ਕੋਈ ਨਹੀਂ ਗਾ ਆਪਣਾ, ਆਪਾਂ ਜਿਵੇਂ ਨੋਰਮਲ ਲੋਕ ਨੋਰਮਲ ਚਲਾਉਂਦੇ ਨੇ ਇੰਸਟਾਗ੍ਰਾਮ, ਓਕਣੇ ਆਪਾਂ ਚਲਾਉਂਦੇ ਹਾਂ, ਕੋਈ ਐਡਾ ਸੀਨ ਨਹੀਂ ਗਾ ਵੱਡਾ। ਨਹੀਂ ਕਈ ਬੰਦਿਆਂ ਦੇ ਹੁਣ ਬਿਜ਼ਨਸ ਬਣੇ ਹੋਏ ਨੇ ਜਿਵੇਂ ਇੰਸਟਾਗ੍ਰਾਮ 'ਤੇ ਵੀ, ਹਾਂ ਉਹਨਾਂ ਨੇ ਸਟੋਰੀ ਪਾਉਣ ਦਾ 2000 ਲੈਣਾ, 1500 ਲੈਣਾ, ਬਾਈ ਆ ਬਾਈ ਫਰੀ ਪ੍ਰਮੋਸ਼ਨ ਕਰਦਾ, ਜਿਹਦੇ ਮਰਜ਼ੀ ਗਾਣੇ ਦੀ ਮਤਲਬ ਪ੍ਰਮੋਸ਼ਨ ਹੋਵੇ ਬਾਈ ਫਰੀ ਕਰੂਗਾ। ਇੱਕ ਵਾਰ ਬਾਈ ਦਾ, ਹੈ ਨਾ, ਜੋ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਬਾਈ ਆਪੇ ਤੁਹਾਨੂੰ ਸੈਟਲ ਕਰੂਗਾ ਕਿ ਨਹੀਂ ਵੀਰੇ? ਤਾਂ ਹਾਂਜੀ ਵੀਰੇ, ਆਪਣੇ ਸ਼ੌਂਕ ਕੀ ਕੀ ਨੇ ਬੇਸਿਕਲੀ? ਸ਼ੌਂਕ ਵੀਰੇ ਆਪਣੇ ਬਸ ਗੇਮ ਗੁੰਮ ਕਰੀ ਦੀ ਆ, ਜਿਵੇਂ ਕਿ ਜਿੰਮ ਲਾਈ ਦੀ ਆ, ਅਤੇ ਅੱਗੇ ਕਬੱਡੀ ਦਾ ਸ਼ੌਂਕ ਵੀ ਸੀਗਾ, ਅਤੇ ਹੁਣ ਬਸ ਜਿੰਮ ਜੁੰਮ ਚੱਲਦੀ ਆ ਨੋਰਮਲ। ਅਤੇ ਯਾਨੀ ਕਿ ਤੁਹਾਨੂੰ ਮੋਡਲਿੰਗ ਦਾ ਸ਼ੌਂਕ ਨਹੀਂ ਹੈਗਾ? ਹੈ ਨਹੀਂ ਮੋਡਲਿੰਗ ਦਾ ਵੀਰੇ ਕੋਈ ਸ਼ੌਂਕ ਨਹੀਂ, ਵੈਸੇ ਆਪਾਂ ਨੋਰਮਲ ਚਲਾਉਂਦੇ ਹਾਂ, ਕੋਈ ਪ੍ਰੋਫੈਸ਼ਨਲ ਨਹੀਂ ਹੈਗਾ ਆਪਣਾ, ਜੋ ਵੀ ਆ ਇੰਸਟਾਗ੍ਰਾਮ ਜੋ ਵੀ ਵੀਡੀਓ ਪਾਉਂਦੇ ਆ, ਕੋਈ ਤੁਸੀਂ ਦੇਖਿਓ ਜਾ ਕੇ, ਐਂ ਨਹੀਂ ਵੀ ਕੋਈ ਬਹੁਤਾ ਤਿਆਰ ਹੋ ਗਿਆ, ਜਿੱਕਣ ਹੈਗੇ ਆ ਨੋਰਮਲ ਔਕਣੇ ਵੀਡੀਓ ਜਾਂ ਨਹੀਂ। ਹਾਂ ਮੈਂ ਤੁਹਾਨੂੰ ਆਹੀ ਚੀਜ਼ ਦੇਖਿਆ, ਤੁਹਾਡੀਆਂ ਵੀਡੀਓ ਵੀ ਇੱਦਾਂ ਹੀ ਹੁੰਦੀਆਂ ਨੇ, ਅਤੇ ਘਰੇ ਵੀ ਤੁਸੀਂ ਇੱਦਾਂ ਹੀ ਰਹਿੰਦੇ ਹੋ? ਘਰੇ ਵੀ ਇੱਕਣੇ ਰਹਿੰਦੇ ਹੋ, ਕੋਈ ਪ੍ਰੋਫੈਸ਼ਨਲ ਆਪਣਾ ਕੋਈ ਇਹੋ ਜਿਹਾ ਕੰਮ ਨਹੀਂ ਗਾ ਜੀ। ਓਕੇ, ਅਤੇ ਤੁਸੀਂ ਮਤਲਬ ਸੋਚਿਆ ਵੀ ਮਤਲਬ ਮੋਡਲਿੰਗ ਬਾਰੇ? ਅੱਗੇ ਮੋਡਲਿੰਗ ਬਾਰੇ ਨਹੀਂ ਸੋਚਿਆ ਹੈਗਾ ਜੀ।
ਵੀਰੇ ਐਡਾ ਤੁਹਾਡਾ ਵਧੀਆ ਸਰੀਰ ਆ, ਕੱਦ ਖਾੜ ਵਧੀਆ, ਇੱਕ ਵਾਰ ਤੁਸੀਂ ਮਾਡਲਿੰਗ ਦੀ ਟਰਾਈ ਤਾਂ ਤੁਹਾਨੂੰ ਕਰਨਾ ਚਾਹੀਦਾ ਗਾਣੇ ਗੁਣੇ ਵਾਸਤੇ, ਹੈ ਨਾ? ਟਰਾਈ ਕਰਾਂਗੇ ਜੀ, ਕੋਈ ਨਾ, ਜੇ ਤੁਸੀਂ ਕਹਿੰਦੇ ਜ਼ਰੂਰ ਟਰਾਈ ਕਰਾਂਗੇ। ਬੇਸਿਕਲੀ ਵੀਰੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਭੁੱਲ ਗਿਆ ਜੋ ਮੈਨੂੰ ਸਾਰ ਨੂੰ ਪਹਿਲਾਂ ਪੁੱਛਣੀ ਚਾਹੀਦੀ ਸੀ, ਆਪਣਾ ਮਤਲਬ ਮੇਨ ਜਿਹੜਾ ਆਪਣੀ ਰਿਹਾਇਸ਼ ਆ ਉਹ ਕਿਹੜੀ ਜਗ੍ਹਾ 'ਤੇ ਆ? ਰਿਹਾਇਸ਼ ਆਪਣੀ ਪਿੰਡ ਆ ਜੀ, ਆਪਾਂ ਵੈਸੇ ਆਪਣਾ ਸਮਰਾਲੀ ਵੀ ਕੋਠੀ ਆ ਅਤੇ ਆਪਣਾ ਪਿੰਡ ਆ, ਪਿੰਡ ਆ ਬੇਸਿਕਲੀ। ਪਿੱਛੇ ਨੂੰ ਪਨੀਤ ਜੋਤ ਦਾ ਜਿਹੜਾ ਅਕਾਊਂਟ ਹੈਕ ਹੋਇਆ ਸੀਗਾ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ? ਹਾਂਜੀ, ਪਨੀਤ ਜੋਤ ਦਾ ਅਕਾਊਂਟ ਹੈਕ ਹੋ ਗਿਆ ਸੀਗਾ ਅਤੇ ਉਹ ਅਕਾਊਂਟ ਵੀ ਮੇਰੇ ਕੋਲ ਚੱਲਦਾ ਅਤੇ ਉਹ ਵੀ ਮੈਂ ਯੂਜ਼ ਕਰਦਾ ਅਤੇ ਅਕਾਊਂਟ ਹੈਕ ਹੋਇਆ ਸੀਗਾ ਜੀ, ਉਹ ਮਤਲਬ ਕਿ ਆਪਾਂ ਨੂੰ ਇਹ ਨਹੀਂ ਪਤਾ ਲੱਗਿਆ ਸੀ ਕਿਹਨੇ ਹੈਕ ਕੀਤਾ ਸੀ, ਤੋ ਜੋ ਵੀ ਆਪਾਂ ਕਰਕੇ ਸਿਸਟਮ ਸੈੱਟ ਕਰਕੇ ਉਹ ਅਕਾਊਂਟ ਆਪਣੇ ਕੋਲ ਦੁਬਾਰਾ ਆ ਗਿਆ ਅਤੇ ਹੁਣ ਆਪਾਂ ਪ੍ਰਾਈਵੇਸੀ ਕਰਤੀ, ਹੁਣ ਆਪਣੇ ਕੋਲ ਚੱਲਦਾ ਸਹੀ ਆ ਅਕਾਊਂਟ। ਨਹੀਂ, ਪਹਿਲਾਂ ਵੀਰੇ ਉਹਦੇ 25K ਸੀਗੇ, ਹੁਣ 18K ਰਹਿ ਗਏ ਚੁੱਕੇ ਨੇ। ਹਾਂਜੀ, ਪਹਿਲਾਂ 25K ਸੀਗੇ ਜੀ, ਜਦੋਂ ਫਿਰ ਅਕਾਊਂਟ ਹੈਕ ਹੋਇਆ ਸੀਗਾ ਉਦੋਂ ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ ਸੀ ਅਤੇ ਫੋਲੋਵਰ ਬੈਕ ਮੁੜ ਗਏ ਸੀਗੇ ਅਤੇ ਚਲੋ ਹੁਣ ਹੌਲੀ ਹੌਲੀ ਅਪ ਹੋਣਗੇ ਹੌਲੀ ਹੌਲੀ। ਨਹੀਂ ਵੀਰੇ, ਪੋਸਟਾਂ ਵਗੈਰਾ ਮੈਂ ਚੈੱਕ ਕਰਿਆ ਸੀ, ਸਾਰੀਆਂ ਪੋਸਟਾਂ ਡਿਲੀਟ ਹੋ ਚੁੱਕੀਆਂ, ਪੋਸਟਾਂ ਡਿਲੀਟ ਕਰਤੀਆਂ ਸੀਗੀਆਂ ਜੀ ਜਦੋਂ ਅਕਾਊਂਟ ਹੈਕ ਹੋਇਆ ਸੀਗਾ ਅਤੇ ਹੁਣ ਹੌਲੀ ਆਪਾਂ ਪੋਸਟਾਂ ਪਾ ਰਹੇ ਹਾਂ ਅਤੇ ਹੌਲੀ ਹੌਲੀ ਅਪ ਹੋਊਗਾ ਅਕਾਊਂਟ। ਓਕੇ ਓਕੇ, ਅਤੇ ਹੁਣ ਤੁਹਾਡੀ ਪਨੀਤ ਜੋ ਜੀ ਨਾਲ ਕੁੜੀ ਨਾਲ ਗੱਲ ਹੁੰਦੀ ਆ? ਹਾਂਜੀ, ਡੇਲੀ ਮੇਰੀ ਗੱਲ ਹੁੰਦੀ ਆ ਪਨੀਤ ਨਾਲ। ਜੀ ਲੱਗ ਗਿਆ ਉਹਦਾ ਵੈਸੇ? ਹਾਂਜੀ ਹਾਂਜੀ ਜੀ, ਅਮੈਰੀਕਾ ਕਿਹਦਾ ਨਹੀਂ ਲੱਗਦਾ ਜੀ। ਉਹ ਵੀ ਗੱਲ ਹੈ, ਅਤੇ ਉਹ ਵੀ ਬਹੁਤ ਵਧੀਆ ਵੀਡੀਓ ਬਣਾਉਂਦੀ ਆ, ਹੈ ਨਾ? ਉੱਥੇ ਮੈਂ ਚੈੱਕ ਕਰਿਆ ਤੁਹਾਨੂੰ, ਮੈਂ ਵੀਡੀਓ ਦੇ ਵਿੱਚ ਵੀ ਦਿਖਾਊਂਗਾ, ਕੁੜੀ ਬਹੁਤ ਟੈਲੈਂਟਡ ਆ, ਬਹੁਤ ਪਿਆਰਾ ਟੈਲੈਂਟ ਆ ਕੁੜੀ ਦੇ ਵਿੱਚ, ਤੁਹਾਨੂੰ ਉਹਦੀ ਨੈਕਸਟ ਮਤਲਬ ਤਾਂ। ਹਾਂਜੀ ਵੀਰੇ, ਕੰਮ ਕਰ ਵੈਸੇ ਆਪਣਾ ਹੁਣ ਕੰਮ ਕਰ ਵੀਰ ਜੀ, ਹੁਣ ਆਪਾਂ ਕੰਮ ਦੀ ਤਿਆਰੀ ਚੱਲਦੀ ਆਪਣੀ ਅਤੇ ਹੁਣ ਕੰਮ ਸ਼ੁਰੂ ਕਰ ਰਹੇ ਹਾਂ ਆਪਾਂ, ਕੰਮ ਤਾਂ ਜ਼ਰੂਰੀ ਆ ਕਰਨਾ। ਨਹੀਂ, ਮੈਨੂੰ ਸੁਣਨ 'ਚ ਆਇਆ ਵੀ ਜੱਗੀ ਸਮਰਾਲਾ ਦੇ ਨਾਂ 'ਤੇ ਸ਼ੋਰੂਮ ਖੁੱਲ੍ਹ ਰਿਹਾ, ਬਹੁਤ ਤਕੜੇ ਲੈਵਲ 'ਤੇ। ਨਹੀਂ, ਤਕੜੇ ਲੈਵਲ 'ਤੇ ਤਾਂ ਵੀਰੇ ਆਪਾਂ ਕਹਿ ਨਹੀਂ ਸਕਦੇ, ਨੋਰਮਲ ਕੰਮ ਕਰਨਾ ਬਸ, ਕੁਛ ਥੋੜ੍ਹਾ ਜਿਹਾ ਪ੍ਰੋਜੈਕਟ ਬਣ ਰਿਹਾ ਵਾ। ਵੀਰੇ ਮੈਂ ਜਿਸ ਬੰਦੇ ਦੀ ਵੀ ਇੰਟਰਵਿਊ ਕਰਦਾ, ਮੈਂ ਇੱਕ ਚੀਜ਼ ਜ਼ਰੂਰ ਚੈੱਕ ਕਰਦਾ, ਉਹਦੇ ਕਮੈਂਟ ਜਾ ਕੇ ਜ਼ਰੂਰ ਚੈੱਕ ਕਰਦਾ ਹਾਂ, ਅਤੇ ਤੁਹਾਡੀ ਕਮੈਂਟਾਂ ਦੇ ਵਿੱਚ ਕੁੜੀਆਂ ਨੇ ਬਹੁਤ ਨੇ ਕਿਹਾ ਹੋਇਆ ਵੀ ਬਾਈ ਦੀ ਸਮੈਲ ਬਹੁਤ ਪਿਆਰੀ ਆ, ਬਾਈ ਦੀ ਸਮੈਲ ਬਹੁਤ ਪਿਆਰੀ ਆ, ਮੈਨੂੰ ਇਹਦਾ ਰਾਜ ਦੱਸੋ, ਅਤੇ ਵਾਕਈ ਤੁਹਾਡੀ ਸਮੈਲ ਬਹੁਤ ਪਿਆਰੀ ਆ। ਪਤਾ ਨਹੀਂ, ਸਮਾਈਲ ਦਾ ਤਾਂ ਕੁਛ ਐਡਾ ਕੁਛ ਹੈ ਨਹੀਂ, ਨੋਰਮਲ ਆ ਚਿੱਕਣ ਹੁੰਦੀ ਹੈ। ਅਤੇ ਤੁਹਾਨੂੰ ਮੈਸੇਜ ਵਗੈਰਾ ਕਿੰਨੇ ਆਉਂਦੇ ਨੇ ਇੰਸਟਾ 'ਤੇ? ਮੈਸੇਜ ਤਾਂ ਆਉਂਦੇ ਹੀ ਨੇ, ਚਲੋ ਆਪਾਂ ਮਤਲਬ ਕਿ ਰਿਪਲਾਈ ਤਾਂ ਤੁਹਾਨੂੰ ਪਤਾ ਹੀ ਹੈ ਜੀ, ਘੱਟ ਹੁੰਦਾ ਵਾ, ਮੈਸੇਜ ਆਉਂਦੇ ਨੇ, ਜ਼ਰੂਰ ਆਉਂਦੇ ਨੇ ਜੀ। ਬਾਈ ਦੇਖ ਕੇ ਮੈਸੇਜ ਕਰਿਆ ਕਰੋ ਬਾਈ ਨੂੰ, ਹੈ ਨਾ? ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਈ ਨਾਲ ਗੱਲ ਕਰਕੇ, ਹੈ ਨਾ? ਅਤੇ ਬਾਈ ਦਾ ਨੇਚਰ ਦੇਖ ਲਓ, ਕਈ ਕਹਿੰਦੇ ਨੇ ਬਾਈ 'ਚ ਆਕੜ ਆ, ਯੇ ਆ, ਬੂਆ ਉੱਕਣੇ ਬੈਠਾ। ਚਲੋ ਵੀਰੇ, ਜਾਜ ਦੋ ਸਾਨੂੰ, ਬਹੁਤ ਸਮਾਂ ਹੋ ਗਿਆ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਆਹ ਲੈਣਾ ਬੈਗ, ਇੱਧਰ ਤਾਂ ਦੇਖ ਕੀ ਲੈਣਾ ਪੁੱਤ। ਹਾਂਜੀ, ਬਾਈ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ, ਹੈ ਨਾ? ਬਾਈ ਜਮਾਂ ਹੀ ਸਿੰਪਲ ਬੰਦਾ, ਹੈ ਨਾ? ਮੈਨੂੰ ਤਾਂ ਐਂ ਸੀਗਾ ਬਾਈ 'ਚ ਐਟੀਟਿਊਡ ਵਗੈਰਾ ਹੋਊਗਾ, ਨਹੀਂ, ਬਾਈ ਨੋਰਮਲ ਬੰਦਾ ਆ। ਤਾਂ ਦੈਨ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਵੀਡੀਓ ਸ਼ੇਅਰ ਕਰਿਓ, ਅਤੇ PV26 ਚੈਨਲ ਮੇਰਾ ਯੂਟਿਊਬ ਪਲੀਜ਼ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰ ਦਿਓ ਵੀਡੀਓ। ਲਵ ਯੂ ਸਾਰਿਆਂ ਨੂੰ।